ਹਾਂਜੀ ਸਟੂਡੈਂਟਸ, ਵੈਲਕਮ ਬੈਕ। ਆਓ ਸਟਾਰਟ ਕਰਦੇ ਹਾਂ, ਆਓ ਸੋਲਵ ਕਰਦੇ ਹਾਂ ਸਾਡਾ ਪ੍ਰੀਵੀਅਸ ਈਅਰ ਕੁਐਸਚਨ, ਜਿਹੜਾ ਕਿ ਪੰਜਾਬ ਪੁਲਿਸ ਚ, ਆਈ ਥਿੰਕ ਪੰਜਾਬ ਪੁਲਿਸ ਚ ਵਾਲਾ ਪੁੱਛਿਆ ਗਿਆ ਸੀਗਾ। ਠੀਕ ਹੈ, ਕਰੋ ਕੁਐਸਚਨ ਸੋਲਵ, ਫਿਰ ਆਪਾਂ ਇਹਦੀ ਡਿਸਕਸ਼ਨ ਕਰਦੇ ਹਾਂ। ਚਲੋ, ਓਕੇ ਜੀ। ਹੀ ਵਾਸ ਅਕਿਊਜ਼ ਡੈਸ਼ ਮਰਡਰ, ਇਹ ਐਕਚੁਅਲ ਚ ਪ੍ਰੈਪੋਜੀਸ਼ਨ ਦਾ ਕੁਐਸਚਨ ਹੈ, ਜਾਂ ਫਿਰ ਕਹਿ ਲਓ ਫਿਕਸ ਪ੍ਰੈਪੋਜੀਸ਼ਨ ਦਾ ਕੁਐਸਚਨ ਹੈ। ਅਕਿਊਜ਼ ਦਾ ਮਤਲਬ ਹੁੰਦਾ ਹੈ ਦੋਸ਼ੀ, ਅਕਿਊਜ਼ਡ ਦਾ ਮਤਲਬ ਹੁੰਦਾ ਹੈ ਦੋਸ਼ੀ। ਠੀਕ ਹੈ ਜੀ, ਹੀ ਵਾਸ ਅਕਿਊਜ਼ਡ, ਉਸ ਤੇ ਦੋਸ਼ ਲੱਗਿਆ, ਉਸ ਤੇ ਦੋਸ਼ ਲਗਾਇਆ ਗਿਆ, ਕਿਸ ਚੀਜ਼ ਦਾ ਦੋਸ਼ ਲੱਗਿਆ, ਕਿਸ ਚੀਜ਼ ਦਾ ਦੋਸ਼ੀ ਪਾਇਆ ਗਿਆ। ਤਾਂ ਜਦੋਂ ਅਸੀਂ ਗੱਲ ਕਰਾਂਗੇ ਅਕਿਊਜ਼ਡ, ਅਕਿਊਜ਼ ਨਾਲ ਹਮੇਸ਼ਾ ਆਫ ਪ੍ਰੈਪੋਜੀਸ਼ਨ ਲੱਗਦੀ ਹੈ, ਰਾਈਟ। ਹੀ ਵਾਸ ਅਕਿਊਜ਼ਡ ਆਫ ਮਰਡਰ, ਔਰ ਅਗਰ ਅਸੀਂ ਗੱਲ ਕਰੀਏ ਅਕਿਊਜ਼ਡ ਆਫ, ਅਗਰ ਮੈਂ ਕਹਿ ਦਾਂ ਜੀ ਇਜ਼ ਇਕਵਲ ਟੂ ਚਾਰਜਡ ਵਿਦ, ਜਿਵੇਂ ਆਪਾਂ ਕਹਿਤਾ ਵੀ ਉਸ ਤੇ ਮਰਡਰ ਦਾ ਦੋਸ਼ ਲਗਾਇਆ ਗਿਆ, ਉਹ ਦੋਸ਼ੀ ਪਾਇਆ ਗਿਆ ਕਿਸ ਚੀਜ਼ ਦਾ, ਮਰਡਰ ਦਾ। ਸੇਮ ਉਦਾਂ ਹੀ ਇਹਦਾ ਸਿਨੋਨਿਮ ਹੋਏਗਾ ਅਕਿਊਜ਼ਡ ਆਫ ਇਜ਼ ਇਕਵਲ ਟੂ ਚਾਰਜਡ ਵਿਦ। ਮੈਂ ਬੋਲਾਂ ਦ ਪੁਲਿਸ ਹੈਵ, ਏਦਾਂ ਵੀ ਕੁਐਸਚਨ ਆ ਸਕਦਾ ਐਗਜ਼ਾਮ ਚ, ਦ ਪੁਲਿਸ ਹੈਵ ਚਾਰਜਡ ਹਿਮ ਵਿਦ ਮਰਡਰ। ਦ ਪੁਲਿਸ ਹੈਵ ਚਾਰਜਡ ਹਿਮ ਵਿਦ ਮਰਡਰ, ਤਾਂ ਚਾਰਜ ਦੇ ਨਾਲ ਕਿਹੜੀ ਪ੍ਰੈਪੋਜੀਸ਼ਨ ਲਗਾਉਂਦੇ ਹਾਂ, ਵਿਦ ਪ੍ਰੈਪੋਜੀਸ਼ਨ ਲਗਾਉਂਦੇ ਹਾਂ। ਐਕਿਊਜ਼ ਦੇ ਨਾਲ ਕਿਹੜੀ ਪ੍ਰੈਪੋਜੀਸ਼ਨ ਲਗਾਉਂਦੇ ਹਾਂ, ਐਕਿਊਜ਼ ਦੇ ਨਾਲ ਹਮੇਸ਼ਾ ਆਫ ਪ੍ਰੈਪੋਜੀਸ਼ਨ ਲੱਗਦਾ ਹੈ, ਕਿਸ ਚੀਜ਼ ਲਈ ਕਿਸੇ ਤੇ ਕਿਸ ਚੀਜ਼ ਦਾ ਦੋਸ਼ ਲੱਗਿਆ ਹੋਇਆ। ਠੀਕ ਹੈ ਜੀ, ਅਗਰ ਮੈਂ ਬੋਲਾਂ ਬਈ, ਅਗਰ ਮੈਂ ਗੱਲ ਕਰਾਂ, ਇਸ ਚੀਜ਼ ਦਾ ਇੱਕ ਹੋਰ ਕਨਸੈਪਟ ਹੈ ਬਲੇਮ। ਬਲੇਮ ਦਾ ਮਤਲਬ ਵੀ ਕਿਸੇ ਬਲੇਮਡ ਫੋਰ ਹਿਸ ਮਰਡਰ। ਹੁਣ ਤੁਸੀਂ ਦੇਖੋ ਇੱਕ ਕੁਐਸਚਨ ਦੇ ਨਾਲ ਸਾਡੇ ਤਿੰਨ ਕਨਸੈਪਟ ਕਲੀਅਰ ਹੋ ਗਏ, ਕਿ ਬਲੇਮ ਦੇ ਨਾਲ ਫੋਰ ਪ੍ਰੈਪੋਜੀਸ਼ਨ ਲੱਗਦਾ ਹੈ, ਠੀਕ ਹੈ ਜੀ, ਅਕਿਊਜ਼ ਦੇ ਨਾਲ ਆਫ ਪ੍ਰੈਪੋਜੀਸ਼ਨ ਲੱਗਦਾ ਹੈ, ਚਾਰਜ ਦੇ ਨਾਲ ਵਿਦ ਪ੍ਰੈਪੋਜੀਸ਼ਨ ਲੱਗਦਾ ਹੈ, ਮੀਨਿੰਗ ਤਿੰਨਾਂ ਦਾ ਸੇਮ ਹੁੰਦਾ ਹੈ। ਕਲੀਅਰ? ਇੱਕ ਹੋਰ ਚੀਜ਼ ਹੈ, ਇੱਕ ਹੋਰ ਵਰਡ ਹੈ ਜਿਹੜਾ ਕਿ ਗਿਲਟੀ। ਗਿਲਟੀ ਦਾ ਮਤਲਬ ਹੁੰਦਾ ਹੈ ਦੋਸ਼ੀ, ਇਹਦਾ ਮਤਲਬ ਕਿਸ ਚੀਜ਼ ਨਾਲ ਦੋਸ਼ ਲਗਾਇਆ ਗਿਆ। ਗਿਲਟੀ ਦਾ ਮਤਲਬ ਹੁੰਦਾ ਦੋਸ਼ੀ, ਤੇ ਗਿਲਟੀ ਦੇ ਨਾਲ ਕਿਹੜੀ ਪ੍ਰੈਪੋਜੀਸ਼ਨ ਲੱਗਦੀ ਹੈ? ਆਫ ਪ੍ਰੈਪੋਜੀਸ਼ਨ ਲੱਗਦੀ ਹੈ। ਇੰਡਿਕਟ ਦਾ ਮਤਲਬ ਵੀ ਹੁੰਦਾ ਹੈ, ਦੇਖੋ ਜਿਵੇਂ ਅਸੀਂ ਕਹਿ ਦਈਏ ਅਕਿਊਜ਼ ਇੱਕ ਵਰਬ ਹੈ, ਅਕਿਊਜ਼ ਇੱਕ ਵਰਬ ਹੈ, ਇਸਦਾ ਮਤਲਬ ਹੁੰਦਾ ਹੈ ਦੋਸ਼ ਲਾਉਣਾ, ਦੋਸ਼ ਲਾਉਣਾ। ਤਾਂ ਅਕਿਊਜ਼ ਦੀ ਦੂਸਰੀ ਵਰਬ ਕਿਹੜੀ ਹੁੰਦੀ ਹੈ? ਅਕਿਊਜ਼ਡ। ਤੀਜੀ ਵਰਬ ਕੀ ਹੋਊਗੀ ਇਹਦੀ? ਅਕਿਊਜ਼ਡ, ਰਾਈਟ। ਠੀਕ ਹੈ ਜੀ, ਸੇਮ ਉਦਾਂ ਹੀ ਇੱਕ ਵਰਬ ਹੁੰਦੀ ਹੈ ਇੰਡਿਕਟ। ਇੰਡਿਕਟ ਦਾ ਮਤਲਬ ਵੀ ਹੁੰਦਾ ਹੈ ਦੋਸ਼ ਲਾਉਣਾ, ਤੇ ਇੰਡਿਕਟ ਦੇ ਨਾਲ ਕਿਹੜੀ ਪ੍ਰੈਪੋਜੀਸ਼ਨ ਲੱਗਦੀ ਹੈ? ਫੋਰ ਪ੍ਰੈਪੋਜੀਸ਼ਨ ਲੱਗਦੀ ਹੈ। ਹੁਣ ਦੇਖੋ ਤੁਸੀਂ ਧਿਆਨ ਨਾਲ, ਅਕਿਊਜ਼ਡ ਆਫ, ਚਾਰਜਡ ਵਿਦ, ਬਲੇਮ ਫੋਰ, ਇੰਡਿਕਟ ਫੋਰ, ਗਿਲਟੀ ਆਫ, ਇਹਨਾਂ ਸਭ ਦਾ ਮਤਲਬ ਕੀ ਹੋਇਆ? ਦੋਸ਼ ਲਗਾਉਣਾ ਕਿਸ ਚੀਜ਼ ਦੇ ਨਾਲ, ਮਰਡਰ ਦੀ ਦੋਸ਼ ਲਗਾਇਆ, ਮਰਡਰ ਦਾ ਦੋਸ਼ ਲੱਗਿਆ ਹੁੰਦੇ ਤੇ ਕਿਸ ਚੀਜ਼ ਦੋਸ਼ ਲੱਗਿਆ। ਇੱਕ ਵਰਡ ਹੁੰਦਾ ਹੈ ਦੈਟ ਇਜ਼ ਕਲਪ੍ਰਿਟ, ਏਦਾਂ ਦਾ ਇਨਸਾਨ ਜਿਹੜਾ ਕਲਪਦਾ ਰਹਿੰਦਾ ਹੈ। ਕੌਣ ਕਲਪਦਾ ਰਹਿੰਦਾ ਹੈ? ਜਿਸ ਨੇ ਕੋਈ ਦੋਸ਼ ਕੀਤਾ ਹੋਵੇ, ਜਿਹੜਾ ਇਨਸਾਨ ਕਲਪਦਾ ਰਹਿੰਦਾ ਹੈ ਉਸਨੂੰ ਕੀ ਬੋਲਾਂਗੇ ਅਸੀਂ? ਦੋਸ਼ੀ।
ਗਿਲਟੀ ਮਤਲਬ ਵੀ ਦੋਸ਼ੀ ਹੋਣਾ, ਦੋਸ਼ੀ ਪਾਏ ਜਾਣਾ, ਠੀਕ ਹੈ ਜੀ। ਕਲਪ੍ਰਿਤ ਦਾ ਮਤਲਬ ਵੀ ਦੋਸ਼ੀ ਹੁੰਦਾ ਹੈ, ਥੀਫ ਮੀਨੇ ਚੋਰ ਹੁੰਦਾ ਹੈ, ਕਲਪ੍ਰਿਤ ਮਤਲਬ ਦੋਸ਼ੀ ਹੁੰਦਾ ਹੈ, ਰਾਈਟ। ਤਾਂ ਹੋਪ ਤੁਹਾਨੂੰ ਇਹ ਚੀਜ਼ ਪਸੰਦ ਆ ਰਹੀ ਹੈ, ਇੱਦਾਂ ਦੇ ਸੈਸ਼ਨ ਆਪਾਂ ਕੰਟੀਨਿਊ ਕਰਦੇ ਹਾਂ। ਇਸ ਤੋਂ ਪਹਿਲਾਂ ਵੀ ਆਪਾਂ ਬਹੁਤ ਸਾਰੇ ਇੱਦਾਂ ਦੇ ਸੈਸ਼ਨ ਕਰ ਚੁੱਕੇ ਹਾਂ ਜਿਹਦੇ 'ਚ ਅਸੀਂ ਪ੍ਰੀਵੀਅਸ ਈਅਰ ਕੁਸ਼ਚਨ ਕੋਈ ਨਾ ਕੋਈ ਸੋਲਵ ਕਰਦੇ ਹਾਂ, ਉਹਦੇ ਇੰਪੋਰਟੈਂਟ ਕਨਸੈਪਟ ਕਰਦੇ ਹਾਂ। ਤੇ ਜੇ ਤੁਸੀਂ ਇੰਗਲਿਸ਼ ਬਿਲਕੁਲ ਜ਼ੀਰੋ ਤੋਂ ਪੰਜਾਬੀ ਤਰੀਕੇ ਨਾਲ ਸਿੱਖਣਾ ਚਾਹੁੰਦੇ ਹੋ ਔਰ ਪੜ੍ਹਨਾ ਉਹੀ ਚਾਹੁੰਦੇ ਜਿਹੜੇ ਸਾਡੇ ਐਗਜ਼ਾਮ ਲਈ ਇੰਪੋਰਟੈਂਟ ਹੈ, ਤਾਂ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੋਂ ਸੋਨੀਆ ਅਰੋੜਾ। ਉਸ ਤੇ ਜਾ ਕੇ ਤੁਹਾਨੂੰ ਵਿਸ਼ਵਾਸ ਬੈਚ ਮਿਲ ਜਾਏਗਾ ਜਿਹੜਾ ਕਿ ਕੰਪਲੀਟ ਬੈਚ ਹੈ ਇੰਗਲਿਸ਼ ਦਾ, ਗ੍ਰੈਮਰ ਵੋਕੈਬਲਰੀ ਦਾ ਕੰਪਲੀਟ ਬੈਚ ਰਹਿੰਦਾ ਹੈ। ਵੋਕੈਬ ਆਪਾਂ ਕਰਦੇ ਹਾਂ ਸ਼ਾਰਟ ਟ੍ਰਿਕਸ ਲਗਾ ਕੇ ਔਰ ਗ੍ਰੈਮਰ ਆਪਾਂ ਕਰਦੇ ਹਾਂ ਬਹੁਤ ਸੌਖੇ ਤਰੀਕੇ ਨਾਲ, ਜਿਹੜੇ ਕਿ ਪੜ੍ਹਦੇ ਉਹੀ ਆ ਜਿਹੜਾ ਉਸ ਪੇਪਰ ਚ ਆਉਂਦਾ ਹੀ ਆਉਂਦਾ। ਕੋਈ ਵੀ ਡਾਊਟ, ਕੋਈ ਵੀ ਦਿੱਕਤ, ਕੋਈ ਵੀ ਸਮੱਸਿਆ ਇਸ ਨੰਬਰ ਨੂੰ ਸੇਵ ਕਰ ਲਓ ਸੋਨੀਆ ਅਰੋੜਾ ਮੈਮ ਦੇ ਨਾਮ ਤੇ, ਇਸ ਤੇ ਵਟਸਐਪ ਕਰ ਸਕਦੇ ਤੁਸੀਂ, ਕਾਲ ਕਰ ਸਕਦੇ। ਓਕੇ ਗਾਇਜ਼, ਬਾਏ ਬਾਏ, ਟੇਕ ਕੇਅਰ।